हाँ जी, अज असी ज्योग्राफी 8th क्लास का फस्ट चैप्टर है जिहड़ा रिसोर्सिज, उस बारे पढ़ांगे। तो सब तो पहले तुहानू दस दईए इस चैप्टर दे विच किहड़े किहड़े टॉपिक है जिहड़े असी अज डिस्कस करने हैं। तो सब तो पहला जिहड़ा टॉपिक है वह रिसोर्सिज ही है, बाद दे विच इस दीआं टाइप्स जिस तरह नैचुरल रिसोर्सिज है, ह्यूमन मेड रिसोर्सिज, ह्यूमन रिसोर्सिज, तो उस तो बाद रिनेबल ते नॉन रिनेबल जिहड़े रिसोर्सिज ने उन्हां बारे भी आपां इस चैप्टर दे विच पढ़ना है। नैक्सट कंजर्विंग रिसोर्सिज है, तो सनस्टेबल डिवेलपमेंट, तो इस दे जिहड़े प्रिंसीपल ने सिद्धांत ने उन्हां बारे इस चैप्टर दे विच आपां पढ़ांगे। तो शुरू करते हैं असी, सब तो पहला जिहड़ा है रिसोर्सिज की है, तो होर भी इस दे विच जो भी टॉपिक जिहड़े आउणगे तो उन्हां बारे भी आपां नाल दे नाल जिहड़ा पढ़ते रहांगे। तो सब तो पहला रिसोर्सिज की है, अजिही हरेक वस्तु जिस दी वरतों नाल जिहड़ी साडी लोड़ आ जिहड़ी वो पूरी होंदी है, ठीक है, उसनूं असी संसाधन जां रिसोर्स कहा जांदा। जिवें पीण लई पानी जिहड़ा है आपां नैचुरल रिसोर्सिज तों लैंदे आ, वो भी एक संसाधन है जां रिसोर्सिज है, ठीक है। तो इत्थे मैं डेफिनेशन तुहानूं पंजाबी दे विच दसी है वी रिसोर्सिज है की, ਠੀਕ ਹੈ। ਤਾਂ ਐਨੀਥਿੰਗਸ ਜੋ ਵੀ ਸਾਡੀ ਹੈਲਪ ਸਾਡੀ ਲੋੜ ਪੂਰੀ ਕਰਦੀ ਹੈ ਕੋਈ ਵੀ ਚੀਜ਼, ਠੀਕ ਹੈ, ਉਸਨੂੰ ਅਸੀਂ ਰਿਸੋਰਸਿਸ ਕਹਿੰਦੇ ਹਾਂ, ਸੰਸਾਧਨ ਕਹਿੰਦੇ ਹਾਂ, ਠੀਕ ਹੈ, ਉਹ ਕੋਈ ਵੀ ਹੋ ਸਕਦੀ ਹੈ। ਤਾਂ ਉਸਦੀ ਕਿਸੇ ਵੀ ਚੀਜ਼ ਦੀ ਜਿਹੜੀ ਵਰਤੋਂ ਹੈ ਤਾਂ ਜਿਹੜੀ ਉਸਦੀ ਉਪਯੋਗਤਾ ਹੈ, ਆਪਾਂ ਉਪਯੋਗ ਕਰ ਰਹੇ ਹਾਂ ਕਿਸੇ ਵੀ ਚੀਜ਼ ਨੂੰ, ਤਾਂ ਉਹ ਉਸਨੂੰ ਰਿਸੋਰਸਿਸ ਬਣਾਉਂਦੀ ਹੈ, ਠੀਕ ਹੈ। ਤਾਂ ਉਸਦੀ ਜਿਹੜੀ ਰਿਸੋਰਸਿਸ ਦੀ ਬਣ ਗਿਆ ਰਿਸੋਰਸਿਸ, ਉਸਦੀ ਇੱਕ ਵੈਲਿਊ ਹੁੰਦੀ ਹੈ, ਵੈਲਿਊ ਆਪਾਂ ਇੰਪੋਰਟੈਂਸ ਨੂੰ ਕਹਿੰਦੇ ਹਾਂ, ਠੀਕ ਹੈ। ਤਾਂ ਜਿੰਨੀ ਜ਼ਿਆਦਾ ਉਹ ਚੀਜ਼ ਵਰਤੀ ਜਾਊਗੀ ਉਨੀ ਜ਼ਿਆਦਾ ਹੀ ਉਸਦੀ ਵੈਲਿਊ ਹੋਊਗੀ, ਠੀਕ ਹੈ, ਇੰਪੋਰਟੈਂਸ ਕਹਿ ਸਕਦੇ ਹਾਂ ਆਪਾਂ, ਕਲੀਅਰ। ਅੱਗੇ ਰਿਸੋਰਸਿਸ ਬਾਰੇ ਤੁਹਾਨੂੰ ਪਤਾ ਲੱਗ ਗਿਆ ਰਿਸੋਰਸਿਸ ਹੈ ਕੀ, ਮੈਂ ਦੁਬਾਰਾ ਫਿਰ ਦੱਸ ਦਿੰਦਾ ਤੁਹਾਨੂੰ, ਰਿਸੋਰਸਿਸ ਉਹ ਚੀਜ਼ ਹੈ ਕੋਈ ਵੀ ਚੀਜ਼ ਜਿਹੜੀ ਸਾਡੀ ਲੋੜ ਨੂੰ ਪੂਰਾ ਕਰਦੀ ਹੈ, ਉਹ ਕੋਈ ਵੀ ਪੈੱਨ ਕਾਪੀ ਕੁਛ ਵੀ ਹੋ ਸਕਦਾ ਹੈ, ਜੋ ਵੀ ਤੁਹਾਡੀ ਲੋੜ ਪੂਰੀ ਕਰ ਰਹੀ ਹੈ ਵਸਤੂ, ਉਸਨੂੰ ਅਸੀਂ ਰਿਸੋਰਸਿਸ ਕਹਿ ਸਕਦੇ ਹਾਂ, ਠੀਕ ਹੈ। ਤਾਂ ਅੱਗੇ ਟਾਈਪਸ ਆਫ ਰਿਸੋਰਸਿਸ ਲਿਖਿਆ ਹੈ, ਤਾਂ ਇਹ ਤਿੰਨ ਟਾਈਪਸ ਨੇ ਰਿਸੋਰਸਿਸ ਦੇ। ਫਸਟ ਜਿਹੜਾ ਹੈ ਉਹ ਨੈਚੁਰਲ ਹੈ, ਨੈਚੁਰਲ ਰਿਸੋਰਸਿਸ, ਕੁਦਰਤੀ ਸੰਸਾਧਨ ਕਹਿੰਦੇ ਹਾਂ ਆਪਾਂ ਇਸ ਨੂੰ। ਉਸ ਤੋਂ ਬਾਅਦ ਮਾਨਵ ਨਿਰਮਿਤ ਜਿਹੜਾ ਸੰਸਾਧਨ, ਹਿਊਮਨ ਮੇਡ ਰਿਸੋਰਸਿਸ, ਠੀਕ ਹੈ, ਜਿਹੜੇ ਮਨੁੱਖਾਂ ਦੁਆਰਾ ਬਣਾਏ ਜਾਂਦੇ ਨੇ, ਠੀਕ ਹੈ। ਅੱਗੇ ਆਪਾਂ ਪੜ੍ਹਾਂਗੇ ਵੀ ਕੁਦਰਤੀ ਸੰਸਾਧਨ ਕਿਹੜੇ ਨੇ ਅਤੇ ਮਨੁੱਖਾਂ ਦੁਆਰਾ ਬਣਾਏ ਗਏ ਸੰਸਾਧਨ ਕਿਹੜੇ ਨੇ, ਅਤੇ ਮਨੁੱਖ ਇੱਕ ਖੁਦ ਸੰਸਾਧਨ ਹੈ, ਠੀਕ ਹੈ, ਇਹ ਵੀ ਜਿਹੜਾ ਹੈ ਰਿਸੋਰਸਿਸ ਦੀ ਟਾਈਪਸ ਦੇ ਵਿੱਚ ਆਉਂਦਾ ਹੈ, ਮਨੁੱਖ ਖੁਦ ਹਿਊਮਨ ਜਿਹੜਾ ਹੈ ਉਹ ਖੁਦ ਇੱਕ ਰਿਸੋਰਸਿਸ ਹੈ। ਅਤੇ ਤਿੰਨ ਟਾਈਪਸ ਨੇ ਇਸ ਦੇ ਰਿਸੋਰਸਿਸ ਦੇ, ਪਹਿਲਾ ਕੁਦਰਤੀ, ਦੂਸਰਾ ਮਾਨਵ ਨਿਰਮਿਤ ਹੈ, ਅਤੇ ਤੀਸਰਾ ਜਿਹੜਾ ਮਾਨਵ ਸੰਸਾਧਨ ਹੈ, ਖੁਦ ਜਿਹੜਾ ਮਨੁੱਖ ਹੈ ਉਹ ਵੀ ਸੰਸਾਧਨ ਹੈ, ਨੈਚੁਰਲ ਰਿਸੋਰਸਿਸ, ਹਿਊਮਨ ਮੇਡ ਅਤੇ ਹਿਊਮਨ ਰਿਸੋਰਸਿਸ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿਹੜੇ ਨੈਚੁਰਲ ਰਿਸੋਰਸਿਸ, ਰਿਸੋਰਸਿਸ ਦੈਟ ਆਰ ਡਰਾਉਨ ਫਰੋਮ ਨੈਚੁਰਲ, ਜੋ ਵੀ ਜਿਹੜੇ ਰਿਸੋਰਸਿਸ ਨੇ ਸਾਨੂੰ ਕੁਦਰਤ ਤੋਂ ਪ੍ਰਾਪਤ ਹੁੰਦੇ ਨੇ, ਠੀਕ ਹੈ। ਤਾਂ ਜ਼ਿਆਦਾ ਉਹਨਾਂ ਦੇ ਵਿੱਚ ਅਸੀਂ ਮੋਡੀਫਿਕੇਸ਼ਨ ਨਹੀਂ ਕਰਦੇ, ਠੀਕ ਹੈ, ਮੋਡੀਫਿਕੇਸ਼ਨ ਮਤਲਬ ਉਹਨਾਂ 'ਚ ਬਦਲਾਵ ਨਹੀਂ ਕਰਦੇ। ਜਿਸ ਤਰ੍ਹਾਂ ਪਾਣੀ ਹੈ, ਸਾਨੂੰ ਕੁਦਰਤੀ ਜਿਹੜਾ ਪਾਣੀ ਮਿਲ ਰਿਹਾ, ਹਵਾ ਮਿਲ ਰਹੀ ਹੈ, ਅਸੀਂ ਉਸ ਦੇ ਵਿੱਚ ਕੋਈ ਬਦਲਾਵ ਨਹੀਂ ਕਰ ਲਏ, ਸਨਲਾਈਟ ਮਿਲ ਰਹੀ ਹੈ, ਠੀਕ ਹੈ, ਇਹ ਨੈਚੁਰਲ ਆ, ਇਹ ਸੰਸਾਧਨ ਨੇ, ਸਾਨੂੰ ਲਾਈਟ ਤੋਂ ਬਿਨਾਂ ਜਿਹੜਾ ਹੈ, ਸੂਰਜ ਦੀ ਰੋਸ਼ਨੀ ਤੋਂ ਬਿਨਾਂ ਜਿਹੜਾ ਹੈ ਸਾਡਾ ਲੋੜ ਪੂਰੀ ਕਰਦੀ ਹੈ ਸੂਰਜ ਦੀ ਰੋਸ਼ਨੀ ਜਿਹੜੀ ਸਾਡੀ, ਹੈ ਨਾ, ਦਿਨ ਵੇਲੇ ਅਸੀਂ ਕੰਮ ਕਰ ਸਕਦੇ ਹਾਂ ਆਰਾਮ ਨਾਲ, ਸਾਨੂੰ ਸਾਰਾ ਕੁਝ ਦਿਖਾਈ ਦਿੰਦਾ। ਤਾਂ ਇਹ ਨੈਚੁਰਲ ਨੇ, ਬਿਨਾਂ ਕਿਸੇ ਮੋਡੀਫਿਕੇਸ਼ਨ ਤੋਂ ਜਿਹੜੇ ਸਾਨੂੰ ਕੁਦਰਤ ਤੋਂ ਸੰਸਾਧਨ ਮਿਲਦੇ ਨੇ ਉਹਨਾਂ ਨੂੰ ਅਸੀਂ ਨੈਚੁਰਲ ਰਿਸੋਰਸਿਸ ਕਹਿੰਦੇ ਹਾਂ, ਠੀਕ ਹੈ। ਤਾਂ ਅੱਗੇ ਇਹ ਜਿਹੜੇ ਨੈਚੁਰਲ ਰਿਸੋਰਸਿਸ ਨੇ, ਇਹ ਦੋ ਤਰ੍ਹਾਂ ਦੇ, ਇੱਕ ਨੇ ਰਿਨੇਬਲ ਅਤੇ ਦੂਸਰੇ ਨੋਨ ਰਿਨੇਬਲ। ਇਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਰਿਨੇਬਲ ਰਿਸੋਰਸਿਸ ਹੈ ਉਹਨੂੰ ਨਵੀਂਕਰਨ ਸੰਸਾਧਨ ਆਖਦੇ ਹਾਂ ਆਪਾਂ, ਵੀ ਜਿਨ੍ਹਾਂ ਨੂੰ ਦੁਬਾਰਾ ਜਿਹੜਾ ਹੈ ਆਪਾਂ ਬਣਾਇਆ ਜਾ ਸਕਦਾ, ਆਪਾਂ ਪੜ੍ਹਿਆ ਹੋਇਆ, ਇਹ ਸਾਰਿਆਂ ਨੂੰ ਇੰਪੋਰਟੈਂਟ ਕੁਸ਼ਚਨ ਹੈ, ਠੀਕ ਹੈ, ਇਗਜ਼ਾਮ ਦੇ ਵਿੱਚ ਵੀ ਆਉਂਦਾ ਹੈ, ਡਿਫਰੈਂਸ ਬਿਟਵੀਨ ਰਿਨੇਬਲ ਐਂਡ ਨੋਨ ਰਿਨੇਬਲ ਰਿਸੋਰਸਿਸ, ਠੀਕ ਹੈ। ਤਾਂ ਜਿਹੜੇ ਨੋਨ ਰਿਨੇਬਲ ਰਿਸੋਰਸਿਸ ਨੇ ਉਹ ਹੁੰਦੇ ਆ ਜਿਨ੍ਹਾਂ ਨੂੰ
एक बारी जिहड़े आपां यूज़ कर लिए तो दुबारे उन्हां दी जिहड़ी वरतों असी नहीं कर सकते। रिनेबल सोर्स ने उन्हां दी बार बार असी वरतों कर सकते, वह खत्म नहीं होंदे। जिहड़े नॉन रिनेबल ने वह खत्म हो जाते हैं। तो असी पढ़ते हैं भी रिनेबल सोर्स किहड़े किहड़े ने, लाइक जिहड़ा वाटर है साडे कोले, सनलाइट है, एयर है, ठीक है, ये रिनेबल ने, ठीक है, काफ़ी मात्रा दे विच खत्म नहीं होंदे, बनते जा रहे हैं, ठीक है। रेगुलरली हवा है, सनलाइट है, ये रिनेबल ने साडे कोले, ठीक है, इन्हां नूं खत्म नहीं किया जा सकता, इस तरह कह सकते हैं आप, ठीक है। तो अगे नॉन रिनेबल जिहड़े रिसोर्स ने जिन्हां नूं असी एक बारी यूज़ कर लीए तो वह खत्म हो जाते, उसनों आप दोबारा यूज़ नहीं कर सकते, ठीक है। जिस तरह कोला है, अपना पेट्रोलियम है, ऑयल जिहड़े मिनरल्स ने काफ़ी सारे, ठीक है, जिन्हां नूं असी एक बारी यूज़ कर सकते हैं दोबारे नहीं, ठीक है, ख़त्म हो जाएंगे, ठीक है। नॉन रिनेबल दे विच पेट्रोलियम नैचुरल गैस है, ठीक है, एग्जाम्पल तुहानूं दित्तियां होईयां ने। अगे ह्यूमन मेड रिसोर्स है, ठीक है, ह्यूमन मेड रिसोर्स तो काफ़ी सारे जिहड़े नैचुरल रिसोर्स जिहड़े सानूं मिलते हैं, ठीक है, उन्होंने असी मॉडिफाई करके जिहड़ा है अपने तरीके नाल, जिहड़ा सातवें सैवंथ क्लास दे विच तुसीं पढ़ के आए हो, है ना, ह्यूमन एनवायरमेंट जदों नेचर दे विच ह्यूमन अपना लोड दे अनुसार बदलाव करता तो अपने अनुसार उसनूं ढाल देता, ठीक है, उन्हें ह्यूमन एनवायरमेंट आखते हैं। तो उवें ही जिहड़ा ह्यूमन मेड रिसोर्स ने सेम, ठीक है, तो ह्यूमन मेड की हो रहा, बिल्डिंग्स बनाने आप, ब्रिज बनाने, रोड, मशीनरी है, व्हीकल ने, अपनी लोड नू पूरा करने लिए जो भी चीज़ा, हुण सानू रहन नू घर चाहिए, बिल्डिंग बना रहे हैं, ये भी की है, रिसोर्स है, अपनी लोड पूरी हो रही है, ठीक है। रोड्स ने बन रहे, आप किसी आवाजाई के साधन चलने ने, मशीनरी है, आप कोई भी काम कर रहे, अच्छा ज़्यादातर मशीनरी यूज़ हो रही है, ये की ने सारे ह्यूमन मेड रिसोर्स ने, ठीक है। टैक्नोलॉजी जी है वो ह्यूमन मेड रिसोर्स है, टैक्नोलॉजी टैक्नोलॉजी तुम दस दिए, कोई भी जदों असी किसी चीज़ को होर मॉडिफाई करी जाने, ठीक है, अपनी लोड वधा पूरा करने लई, ठीक है, टैक्नोलॉजी उसनों ह्यूमन ही जिहड़ा टैक्नोलॉजी का आविष्कार कर सकता है, ठीक है, नवी नवी टैक्नोलॉजी जिहड़ी आपां बना रहे हैं। अगे है ह्यूमन रिसोर्स, हुण मनुख जिहड़ा है आपां पिछे जिहड़ा करके आए हैं, पहला नैचुरल रिसोर्स, फिर ह्यूमन मेड रिसोर्स है, ठीक है, जिहड़े रिसोर्स मनुख द्वारा बनाए जाते हैं उन्होंने ह्यूमन मेड आखते हैं। हुण ह्यूमन रिसोर्स है जिहड़ा मनुख खुद एक रिसोर्स है, क्योंकि मनुख है जिहड़ा अपनी काबिलियत के अनुसार, अपनी स्किल के अनुसार, अपने दिमाग के अनुसार जिहड़ा रिसोर्स नूं बना रहा, ठीक है, उसकी डिवेलपमेंट हो रही है ह्यूमन की, ठीक है, तो यह खुद जिहड़ा है एक ह्यूमन रिसोर्स है, क्लीयर है। उस तो अगे ह्यूमन रिसोर्स डिवेलपमेंट की है, हुण ये जिहड़ा टॉपिक चैप्टर दे विच आया, एजुकेशन एंड हैल्थ हैल्प इन मेकिंग पीपल अ वैल्यूएबल रिसोर्स, इंप्रूविंग द क्वालिटी ऑफ पीपल स्किल सो दैट दे आर एबल टू क्रिएट मोर रिसोर्स, ठीक है। तो जदों किसी भी क्वालिटी है मनुख की, ठीक है, इंप्रूव होंगी है क्वालिटी की दी, कम करन दी जिहड़ी उसकी समर्था है, जां कम करन दा ढंग है, उस दे विच इंप्रूवमेंट आउंदी है, तां जो होर नवें रिसोर्स जिहड़े पैदा कर सके, उसनूं आपां ह्यूमन रिसोर्स डिवेलपमेंट आखदे हां, ठीक है। अगे है कंजर्विंग रिसोर्स, लास्ट टॉपिक है मैनूं लगदा, ठीक है, इस दे बाद दे विच प्रिंसीपल ने, ठीक है, रिसोर्स सस्टेबल डिवेलपमेंट है, कंजर्विंग रिसोर्स होंदा भी अपने जिन्हें भी साढ़े को रिसोर्स ने, चाहे नैचुरल ह्यूमन मेड है या ह्यूमन है, उन्होंने असं कि बचा सकते हैं, ठीक है। किस तरह, पहला तो अपन पता ही है कंजर्व कि कर सकते हैं, ठीक है, घट वरतों करके सब तो पहला पॉइंट है, ठीक है, जो आप किसी भी रिसोर्स की वध वरतों करते हैं तो उसका खत्म होना जोड़ा है वो लाजमी है, ठीक है। तो बैलेंस करना सानू जिहड़ा जिन्नी कि सानू जरूरत है किसी रिसोर्स की, असी उसनों उन्ना ही यूज़ करना चाहिए, तो इनू आपां
ਕੰਜ਼ਰਵਿੰਗ ਰਿਸੋਰਸਿਸ ਕਹਿ ਦਿੰਦੇ ਹਾਂ, ਠੀਕ ਹੈ, ਬਚਾਉਣਾ, ਰਿਸੋਰਸਿਸ ਨੂੰ ਬਚਾਉਣਾ ਆਉਣ, ਤਾਂ ਜੋ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਇਹਨਾਂ ਰਿਸੋਰਸਿਸ ਨੂੰ ਵਰਤ ਸਕਣ, ਠੀਕ ਹੈ। ਜਾਂ ਜਿਹੜਾ ਕੰਜ਼ਰਵਿੰਗ ਰਿਸੋਰਸਿਸ ਹੈ, ਇਸ ਤਰੀਕੇ ਨਾਲ ਸਾਨੂੰ ਜਿਹੜਾ ਰਿਸੋਰਸਿਸ ਦਾ ਇਸਤੇਮਾਲ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਦੁਬਾਰਾ ਜਿਹੜਾ ਰਿਨੇਬਲ ਹੋਣ ਲਈ ਜਿਹੜਾ ਉਹ ਟਾਈਮ ਜਿਹੜਾ ਮਿਲ ਜਾਵੇ, ਠੀਕ ਹੈ। ਇਸ ਤਰ੍ਹਾਂ ਜਿਹੜਾ ਸਾਨੂੰ ਰਿਸੋਰਸਿਸ ਦਾ ਇਸਤੇਮਾਲ ਜਿਹੜਾ ਕਰਨਾ ਪਊਗਾ, ਤਾਂ ਜੋ ਦੁਬਾਰਾ ਬਣ ਸਕਣ, ਇੰਨਾ ਟਾਈਮ ਉਹਨਾਂ ਕੋਲ ਜਦੋਂ ਸਾਡੀਆਂ ਨਵੀਆਂ ਅਗਲੀਆਂ ਪੀੜ੍ਹੀਆਂ ਆਉਣੀਆਂ ਉਦੋਂ ਉਹਨਾਂ ਕੋਲ ਇਹ ਸੰਸਾਧਨ ਹੋਣ, ਉਸਨੂੰ ਆਪਾਂ ਰਿਸੋਰਸਿਸ ਕੰਜ਼ਰਵੇਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਅੱਗੇ ਹੈ ਸਸਟੇਬਲ ਡਿਵੈਲਪਮੈਂਟ, ਲਾਸਟ ਜਿਹੜਾ ਟੋਪਿਕ ਹੈ ਆਪਣਾ ਸਸਟੇਬਲ, ਬਾਅਦ ਦੇ ਵਿੱਚ ਇਸ ਦੇ ਪ੍ਰਿੰਸੀਪਲ ਨੇ, ਠੀਕ ਹੈ। ਸਸਟੇਬਲ ਡਿਵੈਲਪਮੈਂਟ ਕੀ ਹੈ? ਅਸੀਂ ਆਪਣੇ ਜਿਹੜੇ ਸਾਡੇ ਕੋਲ ਸੰਸਾਧਨ ਮੌਜੂਦ ਨੇ, ਠੀਕ ਹੈ, ਜੋ ਵੀ ਪਾਣੀ ਹੈ, ਹਵਾ ਹੈ, ਠੀਕ ਹੈ, ਮਿੱਟੀ ਹੈ, ਐਗਰੀਕਲਚਰ ਵਾਸਤੇ ਆਪਾਂ ਕਰ ਰਹੇ ਹਾਂ, ਠੀਕ ਹੈ, ਜਾਂ ਜੋ ਵੀ ਹੋਰ ਵੀ ਸਾਡੇ ਕੋਲ ਸੰਸਾਧਨ ਨੇ, ਠੀਕ ਹੈ, ਰਿਸੋਰਸਿਸ ਨੇ ਜਿੰਨੇ ਵੀ, ਉਹਨਾਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਬਚਾ ਕੇ ਰੱਖਣਾ, ਠੀਕ ਹੈ, ਜਾਂ ਕਹਿ ਲਓ ਇੱਕ ਬੈਲੈਂਸ ਜਿਹੜਾ ਉਹ ਬਣਾ ਕੇ ਰੱਖਣਾ, ਠੀਕ ਹੈ, ਜਾਂ ਕਹਿ ਲਓ ਵੀ ਇਸ ਤਰੀਕੇ ਨਾਲ ਜਿਹੜਾ ਰਿਸੋਰਸਿਸ ਨੂੰ ਇਸਤੇਮਾਲ ਕਰਨਾ ਜਿਹਦੇ ਨਾਲ ਇਹਨਾਂ ਦੀ ਜਿਹੜੀ ਦੁਰਵਰਤੋਂ ਨਾ ਹੋਵੇ, ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਬਚੇ ਰਹਿ ਸਕਣ, ਠੀਕ ਹੈ। ਇਸ ਨੂੰ ਸਸਟੇਬਲ ਡਿਵੈਲਪਮੈਂਟ ਆਖਦੇ ਹਾਂ, ਠੀਕ ਹੈ। ਇਸ ਦੇ ਜਿਹੜੇ ਸਿਧਾਂਤ ਨੇ, ਪ੍ਰਿੰਸੀਪਲ ਆਪਾਂ ਉਹ ਇੱਥੇ ਲਿਖੇ ਹੋਏ ਨੇ, ਉਹ ਵੀ ਆਪਾਂ ਪੜ੍ਹਦੇ ਹਾਂ। ਰਿਸਪੈਕਟ ਐਂਡ ਕੇਅਰ ਫੋਰ ਆਲ ਫੋਰਮ ਆਫ ਲਾਈਫ, ਤਾਂ ਇਸ ਦੇ ਸਿਧਾਂਤ ਜਿਹੜੇ ਉਹਨਾਂ ਦੀ ਗੱਲ ਕਰਦੇ ਹਾਂ, ਤਾਂ ਰਿਸਪੈਕਟ ਕਰਨੀ ਚਾਹੀਦੀ ਹੈ ਸਾਨੂੰ ਸਾਰੇ ਜਿੰਨੇ ਵੀ ਲਾਈਫ ਫੋਰਮਸ ਨੇ, ਜਿੰਨੀਆਂ ਵੀ ਸਾਡੇ ਕੋਲ ਰਿਸੋਰਸਿਸ ਮੌਜੂਦ ਨੇ, ਉਹਨਾਂ ਦੀ ਜਿਹੜੀ ਰਿਸਪੈਕਟ ਹੈ, ਠੀਕ ਹੈ, ਜਿਸ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਚੱਲ ਰਹੀ ਹੈ, ਉਹਨਾਂ ਨੂੰ ਸਾਨੂੰ ਰਿਸਪੈਕਟ ਜਿਹੜੀ ਹੈ ਜ਼ਰੂਰੀ ਹੈ, ਠੀਕ ਹੈ। ਹਿਊਮਨ ਲਾਈਫ ਦੀ ਜਿਹੜੀ ਕੁਆਲਿਟੀ ਹੈ ਉਸਨੂੰ ਵਧਾਉਣਾ ਜਿਹੜਾ ਜ਼ਰੂਰੀ ਹੈ, ਠੀਕ ਹੈ। ਹਿਊਮਨ ਲਾਈਫ, ਮਨੁੱਖੀ ਜੀਵਨ ਹੈ ਜਿਹੜਾ, ਠੀਕ ਹੈ। ਕਾਫੀ ਸਾਰੇ ਜਿਹੜੇ ਸਾਡੇ 'ਚ ਇਹਦੇ 'ਚ ਆਪਾਂ ਰਿਸੋਰਸਿਸ ਦੀ ਮਿਨੀਮਮ ਜਿਹੜੀ ਹੈ, ਮਿਨੀਮਾਈਜ਼ ਦਾ ਡਿਪਲੇਸ਼ਨਸ ਆਫ ਨੈਚੁਰਲ ਰਿਸੋਰਸਿਸ ਹੈ ਇਹਦੇ ਵਿੱਚ ਪੁਆਇੰਟ, ਠੀਕ ਹੈ, ਜਿਹਦੇ 'ਚ ਦੱਸਿਆ ਗਿਆ ਵੀ ਸਾਨੂੰ ਘੱਟ ਤੋਂ ਘੱਟ ਜਿਹੜਾ ਰਿਸੋਰਸਿਸ ਨੂੰ ਵਰਤਣਾ ਚਾਹੀਦਾ, ਠੀਕ ਹੈ। ਸਾਨੂੰ ਆਪਣਾ ਜਿਹੜਾ ਐਟੀਟਿਊਡ ਹੈ, ਪਰਸਨਲ ਐਟੀਟਿਊਡ ਹੈ, ਠੀਕ ਹੈ, ਇਨਵਾਇਰਮੈਂਟ ਦੇ ਪ੍ਰਤੀ ਜਿਹੜਾ ਹੈ ਸਾਨੂੰ ਸੰਤਰਕ ਹੋਣਾ ਪਊਗਾ, ਜ਼ਰੂਰੀ ਹੈ, ਠੀਕ ਹੈ। ਇਨਵਾਇਰਮੈਂਟ ਨੂੰ ਬਚਾਉਣ ਲਈ ਸਾਨੂੰ ਇਨਵਾਇਰਮੈਂਟ ਦੇ ਨਾਲ ਪਿਆਰ ਕਰਨਾ ਪਊਗਾ, ਠੀਕ ਹੈ। ਤਾਂ ਇਸ ਦੇ ਨਾਲ ਜਿਹੜਾ ਹੈ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਹੜੇ ਸਾਡੇ ਰਿਸੋਰਸਿਸ ਨੇ ਉਹ ਬਚੇ ਰਹਿ ਸਕਦੇ ਆ, ਠੀਕ ਹੈ, ਜਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਰਿਸੋਰਸਿਸ ਨੂੰ ਛੱਡ ਕੇ ਜਾ ਸਕਦੇ ਹਾਂ, ਠੀਕ ਹੈ। ਨਹੀਂ ਤਾਂ ਜੇਕਰ ਇੱਦਾਂ ਹੀ ਦੁਰਵਰਤੋਂ ਜਿਹੜੀ ਰਿਸੋਰਸਿਸ ਦੀ ਹੁੰਦੀ ਗਈ, ਤਾਂ ਇਹ ਜਿਹੜੇ ਰਿਸੋਰਸ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਮ ਹੋ ਜਾਣਗੇ। ਇੱਥੇ ਇਸ ਦੇ ਵਿੱਚ ਇੰਪੋਰਟੈਂਟ ਜਿਹੜੇ ਕੁਐਸਚਨ ਇਗਜ਼ਾਮ ਦੇ ਵਿੱਚ ਆਉਂਦੇ ਨੇ, ਠੀਕ ਹੈ, ਉਹਦੇ ਵਿੱਚ ਜਿਹੜਾ ਹੈ ਰਿਨੇਬਲ ਐਂਡ ਨੋਨ ਰਿਨੇਬਲ ਜਿਹੜਾ ਰਿਸੋਰਸਿਸ ਹੈ ਉਹਨਾਂ ਦੇ ਵਿੱਚ ਡਿਫਰੈਂਸ, ਇਹ ਜਿਹੜਾ ਕੁਐਸਚਨ ਹਰ ਵਾਰੀ ਇਗਜ਼ਾਮ ਦੇ ਵਿੱਚ ਆਉਂਦਾ ਹੈ, ਅਤੇ ਰਿਸੋਰਸਿਸ ਕੀ ਹੈ, ਠੀਕ ਹੈ, ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਪੁੱਛ ਲੈਂਦੇ ਨੇ ਇਗਜ਼ਾਮ ਦੇ ਵਿੱਚ। ਤਾਂ ਉਮੀਦ ਕਰਦੇ ਹਾਂ ਇੱਥੇ ਤੁਹਾਨੂੰ ਜਿਹੜਾ ਇਹ ਟੋਪਿਕ ਹੈ, ਇਹ ਚੈਪਟਰ ਚੰਗੀ ਤਰ੍ਹਾਂ ਜਿਹੜਾ ਸਮਝ ਆ ਚੁੱਕਿਆ ਹੋਵੇਗਾ। ਇਸੇ ਤਰ੍ਹਾਂ ਹੀ ਅਗਲੇ ਚੈਪਟਰ ਜਿਹੜਾ ਹੈ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਐਕਸਪਲੇਨ ਕਰਾਂਗੇ, ਜਿਹੜੇ ਇੰਪੋਰਟੈਂਟ ਟੋਪਿਕ ਹੋਣਗੇ, ਅਤੇ ਸਾਡੇ ਨਾਲ ਜੁੜੇ ਰਹੋ, ਇੱਦਾਂ ਹੀ ਅਸੀਂ ਤੁਹਾਡੀ ਹੈਲਪ ਕਰਦੇ ਰਹਾਂਗੇ। ਥੈਂਕਸ, ਹੈਵ ਅ ਨਾਈਸ ਡੇ।